हाँ जी दोस्तों, 25-25-50 ते कनेडा थानू देना सारा दिखा। ते दोस्तों आज थानू एक दिखाने हैं होर एक कनेडा दी जबरदस्त तकनीक, जेड़ा घरां दे जदों रब ना करे अग लग जांदी आ जां कुछ भी है, क्योंकि थानू पता इत्थे जिहड़े घर हुंदे आ उह लकड़ी दे हुंदे आ ना, ज़्यादातर लकड़ी दे नाल बनाए जांदे आ। तो बाय चांस जे घर नूं अग लग जावे गोरियां दे दिमाग, देखो जी तुहानूं मैं दिखाउणा आ हुणे ही। ते आ देखो तुसीं देख सकदे आ किवें आ कारां खड़ियां, तुसीं देख सकदे आ घरां दे मूहरे पार्किंग आ। ते इहदे विच आ तुसीं देख सकदे आ दो खंभे लगे हो ना, तुसीं देख सकदे आ इन्हां खंभिआं दे सामणे इधर आ एक लगा आ लाल जिहा पाइप दे लई पाणी दे लई। जिद्दां दोस्तों साडे इंडिया दे विच जिहड़ा आ ਜਦੋਂ ਅੱਗ ਲੱਗ ਜਾਂਦੀ ਆ ਕਿਸੇ ਵੀ ਪਾਸੇ ਤਾਂ ਜਿਹੜਾ ਪਾਣੀ ਵਾਲੇ ਪੈਪ ਆ ਉਹ ਗੱਡੀ ਫਾਇਰ ਬ੍ਰਿਗੇਡ ਦੇ ਵਿੱਚ ਹੀ ਹੁੰਦਾ ਨਾ ਪਾਣੀ। ਅਤੇ ਇੱਥੇ ਦੋਸਤੋ ਇਹਨਾਂ ਦੇ ਦਿਮਾਗ ਦੇਖੋ ਜੀ, ਇਹਨਾਂ ਨੇ ਪਾਈਪ ਲਾਈਨ ਪਹਿਲੇ ਪਾ ਦਿੱਤੀ ਆ ਸਾਰੇ ਘਰਾਂ ਦੇ ਮੂਹਰੇ। ਅਤੇ ਜਦੋਂ ਵੀ ਅੱਗ ਲੱਗਦੀ ਆ ਅਤੇ ਇੱਥੇ ਆ ਕੇ ਜਿਹੜਾ ਉਹਨਾਂ ਦਾ ਇੰਨੇ ਦੋ ਖੰਭਿਆਂ ਦੇ ਵਿਚਾਲੇ ਜਿਹੜਾ ਹੈ ਨਾ ਆ ਕੇ ਗੱਡੀ ਖੜ੍ਹ ਜਾਂਦੀ ਆ ਫਾਇਰ ਬ੍ਰਿਗੇਡ ਵਾਲੀ, ਅਤੇ ਉਹ ਜਿਹੜੇ ਪੈਪ ਆਪਣੇ ਇਹਦੇ ਰਾਹੀਂ ਜਿਹੜਾ ਆ ਪਾਣੀ ਲੈਂਦੇ ਆ ਉਹ ਜ਼ਮੀਨ 'ਚੋਂ ਪਾਈਪਲਾਈਨ ਪਾਈ ਹੋਈ ਇਹਨਾਂ ਨੇ ਤਾਂ ਘਰਾਂ ਦੀ ਅੱਗ ਬੁਝਾਓ ਇਹ ਜਿਹੜਾ ਆ ਯੰਤਰ ਵਾ, ਇਹਨੂੰ ਇੱਥੇ ਹਾਈਡ੍ਰੈਂਟਸ ਕਹਿੰਦੇ ਆ ਦੋਸਤੋ, ਤੁਸੀਂ ਦੇਖ ਸਕਦੇ ਆ। ਅਤੇ ਇੱਥੇ ਕੋਈ ਵੀ ਦੋਸਤੋ ਪਾਰਕ ਨਹੀਂ ਕਰ ਸਕਦਾ ਆਪਣੀ ਕਾਰ, ਇੰਨੇ 10 ਫੁੱਟ ਏਰੀਏ ਦੇ ਵਿੱਚ ਤੁਸੀਂ ਦੇਖ ਸਕਦੇ, ਬਾਕੀ ਸਾਰੇ ਪਾਸੇ ਪਾਰਕ ਹੋਈਆਂ ਆ ਕਾਰਾਂ, ਪਰ ਇਹਨਾਂ ਦੇ ਵਿੱਚ ਤੁਸੀਂ ਪਾਰਕ ਨਹੀਂ ਕਰ ਸਕਦੇ। ਜੇ ਇੱਥੇ ਪਾਰਕ ਹੁੰਦੀ ਹੈ ਤਾਂ ਤੁਹਾਡੀ ਕਾਰ ਨੂੰ ਬਹੁਤ ਵੱਡਾ ਜੁਰਮਾਨਾ ਲਾਇਆ ਜਾਂਦਾ ਇੱਥੇ ਦੀ ਸਰਕਾਰ ਦੁਆਰਾ, ਇੱਥੇ ਦੇ ਕਰਮਚਾਰੀਆਂ ਦੁਆਰਾ ਸਿਟੀ ਦੇ। ਦੋਸਤੋ ਦੇਖ ਲਓ ਵੀ ਦਿਮਾਗ ਤੁਸੀਂ, ਇੱਥੋਂ ਜਿਹੜਾ ਪਾਈਪਲਾਈਨ ਇਹ ਪਾਈ ਹੋਆ ਇਹਨਾਂ ਨੇ ਸਾਰੇ ਘਰਾਂ ਦੇ ਮੂਹਰੇ, ਇੱਥੋਂ ਪਾਣੀ ਲੈਣਾ ਉਹਨਾਂ ਨੇ ਜਦੋਂ ਵੀ ਆਉਣਾ ਹੈ ਫਾਇਰ ਵਾਲਿਆਂ ਨੇ, ਅਤੇ ਇੱਥੋਂ ਪਾਣੀ ਲੈ ਕੇ ਘਰਾਂ ਦੇ ਅੱਗ ਜਿਹੜੀ ਆ ਬੁਝਾਈ ਜਾਂਦੀ ਹੈ, ਕੰਟਰੋਲ ਕੀਤੀ ਜਾਂਦੀ ਹੈ। ਤਾਂ ਇੰਨਾ ਏਰੀਆ ਜਿਹੜਾ ਹਮੇਸ਼ਾ ਖਾਲੀ ਰਹਿਣਾ ਇਹਨਾਂ ਖੰਭਿਆਂ ਦੇ ਵਿਚਾਲੇ, ਤੁਸੀਂ ਦੇਖ ਸਕਦੇ ਆ ਇੱਥੇ ਆ ਕੇ ਟਰੱਕ ਲਈ ਇੱਥੇ ਕੋਈ ਵੀ ਪਾਰਕ ਨਹੀਂ ਲਾ ਸਕਦਾ ਆਪਣੀ ਕਾਰ ਨੂੰ ਜਾਂ ਕੁਛ ਵੀ ਆ, ਹੈ ਨਾ। ਅਤੇ ਕਿੰਨਾ ਵਧੀਆ ਸਿਸਟਮ ਕੀਤਾ ਇੱਥੇ ਦੀ ਸਰਕਾਰ ਨੇ, ਤਾਂ ਤੁਹਾਨੂੰ ਮੈਂ ਤਾਂ ਦਿਖਾਉਣਾ ਆ ਕਿੱਦਾਂ ਦੇ ਲਓ। ਬਾਕੀ ਸਾਰੇ ਕਾਰਾਂ ਲੱਗੀਆਂ ਆ, ਪਰ ਇੱਥੇ ਕੋਈ ਵੀ ਜਿਹੜੀ ਆਪਣੀ ਕਾਰ ਆ ਉਹ ਪਾਰਕ ਨਹੀਂ ਕਰ ਸਕਦਾ, ਅਤੇ ਇਹਦੇ ਰਾਹੀਂ ਜਿਹੜਾ ਆ ਪਾਣੀ ਦੇ ਨਾਲ ਘਰਾਂ ਦੀ ਅੱਗ ਬੁਝਾਈ ਜਾਂਦੀ ਹੈ। ਅਤੇ ਕਿੰਨਾ ਵਧੀਆ ਸਿਸਟਮ ਆ, ਕਿਉਂ ਇੱਥੇ ਅਸੀਂ ਆਉਂਦੇ ਹਾਂ ਸਿਸਟਮ ਦੇਖਣ ਲਈ, ਅਸੀਂ ਦੋਸਤੋ ਕੈਨੇਡਾ ਦੇ ਵਿੱਚ ਆਉਂਦੇ ਹਾਂ, ਤੁਸੀਂ ਦੇਖ ਸਕਦੇ ਹਾਂ ਨਾ ਕਿੰਨੀਆਂ ਇੱਥੇ ਦੀਆਂ ਵਧੀਆ ਵਧੀਆ ਜਿਹੜੀਆਂ ਸਹੂਲਤਾਂ ਆ ਕੈਨੇਡਾ ਸਰਕਾਰ ਦੁਆਰਾ, ਅਤੇ ਕਿੰਨਾ ਵਧੀਆ ਮਤਲਬ ਮਾਹੌਲ ਆ ਇੱਥੇ ਦਾ, ਹੈ ਨਾ। ਇਹ ਦੋਸਤੋ ਇੱਕ ਸਪੈਸ਼ਲ ਏਰੀਆ ਹੁੰਦਾ ਆ, ਹਰ ਇੱਕ ਘਰਾਂ ਦੇ ਮੂਹਰੇ ਤੁਹਾਨੂੰ ਮਿਲ ਜਾਣਾ ਆ, ਤੁਸੀਂ ਦੇਖ ਸਕਦੇ ਹਾਂ। ਇੱਦਾਂ ਦੋ ਖੰਭੇ ਲਾਏ ਇਹਨਾਂ 'ਤੇ ਲਿਖਿਆ ਹੁੰਦਾ ਕਿ ਤੁਸੀਂ ਇੱਥੇ ਕਾਰ ਆ ਜਿਹੜੀ ਆਪਣੀ ਪਾਰਕ ਨਹੀਂ ਕਰ ਸਕਦੇ, ਤਾਂ ਮੂਹਰੇ ਆ ਪਾਈਪਲਾਈਨ ਆ ਜਿਹੜੀ ਇਹ ਹਰ ਇੱਕ ਘਰ ਦੇ ਮੂਹਰੇ ਤੁਹਾਨੂੰ ਏਰੀਏ 'ਚ ਮਿਲ ਜਾਣੀ ਹੈ। ਇੱਥੇ ਜਿਹੜੇ ਉੱਪਰ ਪਲਾਜ਼ੇ ਆ ਨਾ ਘਰਾਂ ਦੇ ਇਕੱਠੇ ਆ, ਅਤੇ ਇੱਥੇ ਤੁਸੀਂ ਜਿਹੜਾ ਆ ਆਪਣੇ ਕਾਰ ਨਹੀਂ ਪਾਰਕ ਕਰ ਸਕਦੇ, ਤਾਂ ਇੱਥੇ ਆ ਕੇ ਫਾਇਰ ਬ੍ਰਿਗੇਡ ਨੇ ਲੱਗਣਾ, ਅਤੇ ਇੱਥੋਂ ਪਾਈਪਲਾਈਨ 'ਚੋਂ ਪਾਣੀ ਲੈ ਕੇ ਪਾਈਪ ਨਾਲ, ਅਤੇ ਉਹਨਾਂ ਨੇ ਜਿਹੜਾ ਆ ਅੱਗ ਬੁਝਾਉਣੀ ਆ ਘਰਾਂ 'ਚ। ਤੁਸੀਂ ਦੇਖ ਸਕਦੇ, ਤੁਹਾਨੂੰ ਮੈਂ ਘਰ ਦਿਖਾਉਣਾ, ਆਹ ਘਰਾਂ ਦੇ ਲਈ ਦੋਸਤੋ ਜਿਹੜਾ ਆ ਇਹਨਾਂ ਨੇ ਇਹ ਸਿਸਟਮ ਬਣਾਇਆ ਹੋਇਆ, ਅਤੇ ਇੱਦਾਂ ਹਰ ਇੱਕ ਘਰਾਂ ਦੇ ਮੁਹੱਲਿਆਂ ਦੇ ਮੂਹਰੇ ਇਹਨਾਂ ਨੇ ਰੱਖਿਆ ਹੋਇਆ, ਬਹੁਤ ਵਧੀਆ ਸਿਸਟਮ ਆ ਕੈਨੇਡਾ ਸਰਕਾਰ ਦਾ। ਸੋ ਦੋਸਤੋ ਇਹ ਦੇਖ ਲਓ ਵੀ ਇਹਨਾਂ ਨੇ ਕਿੰਨਾ ਵਧੀਆ ਇਹਨਾਂ ਦਾ ਸਿਸਟਮ ਸਾਰਾ ਤਿਆਰ ਕੀਤਾ ਹੋਇਆ, ਹੈ ਨਾ।